ਤੱਕ ਲਗਾਤਾਰ ਕਿਸਾਨੀ ਸੰਘਰਸ਼ ਦਿੱਲੀ ਦੀ ਬਰੂਹਾਂ ਤੇ ਚੱਲ ਰਿਹਾ ਉੱਥੇ ਅੱਜ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੂਲਕ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਲਗਾਤਾਰ ਕਿਸਾਨ ਨੇ ਸਾਡੇ ਨਾਲ ਗੱਲਬਾਤ ਕਰਦੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਾਂਗੇ ਕਿ ਜਿੱਥੇ ਵੱਡੇ ਪੱਧਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਹੜਾ ਇਕੱਠ ਹੈ ਉਹ ਕੀਤਾ ਗਿਆ ਵੱਡੇ ਤਸਵੀਰਾਂ ਨੇ ਜਿਹੜੀਆਂ ਮੂਲਕ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਇਕੱਠ ਕੀਤੇ ਗਏ ਨੇ ਕਿਸਾਨ ਨੇ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਪਹਿਲਾਂ ਦਿੱਲੀ ਦੀ ਬਰੂਹਾਂ ਤੇ ਲਗਾਤਾਰ ਧਰਨਾ ਚੱਲ ਰਿਹਾ ਅੱਜ ਅਲਟੀਮੇਟਮ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਣ ਲੱਗੇ ਕਿੰਨਾ ਇਕੱਠ ਹੈ ਅੱਜ ਅਸੀਂ ਪੰਜਾਬ ਦੇ ਵਿੱਚ ਦਰਜਣਾ ਥਾਵਾਂ ਦੇ ਉੱਤੇ ਜਿਹੜੇ ਅੱਜ ਦੇ ਜਾਮ ਹੈ ਉਹ ਕੀਤਾ ਹੈ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਜਾਮ ਦਾ ਸੱਦਾ ਆਇਆ ਸੀ ਅਸੀਂ ਐਂ ਸਮਝਦੇ ਹਾਂ ਕਿ ਅਸੀਂ ਸੰਗਰੂਰ ਦੇ ਵਿੱਚ 1 ਲੱਖ ਕਿਸਾਨ ਮਜ਼ਦੂਰ ਔਰਤਾਂ ਨੌਜਵਾਨ ਇਹਦੇ ਵਿੱਚ ਸ਼ਾਮਿਲ ਹੋਏ ਹੈ ਇਹ ਇਸ ਕਰਕੇ ਕੀਤਾ ਹੈ ਕਿਉਂਕਿ ਇੱਥੋਂ ਦੀ ਸੈਂਟਰ ਦੀ ਸਰਕਾਰ ਜਿਹਨੇ ਇਸ ਗੱਲ ਦੇ ਉੱਤੇ ਹੱਠ ਕਰ ਰੱਖੀ ਹੈ ਕਿ ਝੂਠ ਨੂੰ ਸੱਚ ਬਣਾਉਣਾ ਪਰ ਅਸੀਂ ਸਾਰੇ ਸੰਸਾਰ ਅੱਗੇ ਇਹ ਗੱਲ ਲਿਜਾਣੀ ਚਾਹੁੰਦੇ ਹਾਂ ਕਿ ਇਹ ਜਿਹੜੇ ਕਹਿੰਦੇ ਆ ਇਕੱਲੇ ਪੰਜਾਬ ਦਾ ਇਹ ਘੋਲ ਹੈ ਇਹ ਇਕੱਲੇ ਪੰਜਾਬ ਦਾ ਘੋਲ ਨਹੀਂ ਇਹ ਸਾਰੇ ਜਨ ਐਂ ਕਹਿ ਲਓ ਸਾਰੇ ਭਾਰਤ ਦੇ ਲੋਕਾਂ ਦਾ ਘੋਲ ਹੈ ਅਤੇ ਸਾਰੇ ਭਾਰਤ ਦੇ ਲੋਕ ਇਹ 'ਚ ਸ਼ਾਮਿਲ ਹੈ ਪਰ ਹਾਕਮ ਆਪਦੀ ਗੱਲ ਤੋਂ ਅਜੇ ਵੀ ਪਿੱਛੇ ਮੁੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਜਮਹੂਰੀਅਤ ਦੀ ਗੱਲ ਹੀ ਨਹੀਂ ਕੋਈ ਜਮਹੂਰੀਅਤ ਦੀ ਗੱਲ ਕੀ ਹੈ ਸਰ ਲੋਕ ਦਿੱਲੀ ਦੀ ਬਰੂਹਾਂ 'ਤੇ ਬੈਠੇ ਹੈ ਪਾਰਲੀਮੈਂਟ ਦੇ ਅੰਦਰ ਰੌਲਾ ਪਈ ਜਾਂਦਾ ਸਾਰੇ ਇਸ ਗੱਲ ਦੀ ਮੰਗ ਕਰ ਰਹੇ ਹੈ ਸਾਰੇ ਬੁੱਧੀਜੀਵੀ ਮੰਗ ਕਰ ਰਹੇ ਹੈ ਇੱਥੋਂ ਤੱਕ ਕਿ ਸੰਸਾਰ 'ਚ ਬੈਠੀਆਂ ਬਾਹਰੋਂ ਬਹੁਤ ਸਾਰੇ ਜਿਹੜੇ ਵਧੀਆ ਲੋਕ ਹੈ ਉਹ ਇਹ ਕਹਿ ਰਹੇ ਹੈ ਕਿ ਭਾਰਤ ਗਲਤ ਕਰ ਰਿਹਾ ਹੈ ਜਮਹੂਰੀਅਤ ਦਾ ਨੁਕਸਾਨ ਕਰ ਰਿਹਾ ਹੈ ਪਰ ਇਹ ਇਹਨਾਂ ਦੀ ਜਿਹੜੀ ਹਠਧਰਮੀ ਹੈ ਉਹ ਵਾਪਸ ਨਹੀਂ ਆਈ ਇਸ ਕਰਕੇ ਅਸੀਂ ਅੱਜ ਇਹ ਇਹਨਾਂ ਨੂੰ ਦਿਖਾ ਦਾਂਗੇ ਕਿ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰਦੇ ਹੋ ਇਹ ਸਾਰੇ ਭਾਰਤ ਦਾ ਘੋਲ ਹੈ ਅਤੇ ਸਾਰੇ ਭਾਰਤ ਦੇ ਲੋਕਾਂ ਨੇ ਇਹਨੂੰ ਪੂਰਾ ਭਰਮਾ ਸੱਦਾ ਦਿੱਤਾ ਹੈ ਅੱਜ ਵਾਲਾ ਮੂਨਕਾ ਦਾ ਇਕੱਠ ਮੈਂ ਸਨਾਮੋ ਪਹਿਲਾਂ ਬੋਲ ਕੇ ਆਇਆ ਇਹ ਇਕੱਠ ਦੱਸਦੇ ਹੈ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੈ ਜੇ ਹਾਕਮ ਆਪਦੀ ਨੀਂਦ ਅਜੇ ਵੀ ਨਹੀਂ ਖੋਲ੍ਹਦਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਇੱਦੂ ਵੀ ਵੱਡੇ ਇਕੱਠ ਹੋਣਗੇ ਕਿ ਹਾਕਮਾਂ ਨੂੰ ਮਜ਼ਬੂਰ ਕਰਨਗੇ ਕਿ ਕਾਲੇ ਕਾਨੂੰਨ ਵਾਪਸ ਲਓ ਪ੍ਰਧਾਨ ਜੀ ਗੱਲ ਕਰੀਏ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਸ਼ਾਂਤ ਵੀ ਪ੍ਰੋਟੈਸਟ ਕਰ ਰਹੇ ਪਰ ਜਿਹੜੀ ਸਰਕਾਰ ਹੈ ਕਿਤੇ ਨਾ ਕਿਤੇ ਕਿੱਲਾਂ ਲਗਾ ਰਹੀ ਹੈ ਕਦੇ ਕੁਛ ਕਰੇ ਕਦੇ ਜਾਲ ਲਗਾ ਰਹੀ ਹੈ ਕਿਤੇ ਨਾ ਕਿਤੇ ਲੱਗ ਨਹੀਂ ਰਹੀ ਸਰਕਾਰ ਬੁਖਲਾਟ 'ਚ ਆ ਚੁੱਕੀ ਹੈ ਦੇਖੋ ਜਾਂ ਦੋ ਤਰ੍ਹਾਂ ਲੜਦੀਆਂ ਨੇ ਇੱਕ ਤਾਂ ਗੱਲ ਗਰੰਟੀ ਦੀ ਹੁੰਦੀ ਹੈ ਜਦ ਆਪਾਂ ਕਿਸੇ ਗਵਾਂਢੀਆਂ ਲੜ ਜਾਂਦੇ ਹਾਂ ਜੇ ਉਹ ਮਤਲਬ ਗਾਲਾਂ ਦਿੰਦਾ ਕੁੱਤੇ ਬਿੱਲਾਂ ਵਿੱਚ ਦੀ ਬੋਲਦਾ ਹੈ ਸਮਝ ਲਓ ਕਿ ਉਹ ਬੁਖਲਾਟ 'ਚ ਹੈ ਅੱਜ ਭਲਾ ਕਿਹੜੇ ਉਹ ਦੇਸ਼ ਨਾਲ ਲੜ ਰਿਹਾ ਅਸੀਂ ਇੱਥੋਂ ਦੇ ਕਿਸਾਨ ਹਾਂ ਸਾਰੇ ਹਿੰਦੁਸਤਾਨ ਢਿੱਡ ਭਰਦੇ ਹਾਂ ਕਦੇ ਨੈੱਟ ਕੱਟ ਦਿੰਦੇ ਹੈ ਕਦੇ ਪਾਣੀ ਬੰਦ ਕਰ ਦਿੰਦੇ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਕਿਸਾਨ ਇੱਥੇ ਬੈਠੇ ਹੈ ਉਹਨਾਂ ਨੂੰ ਸਾਰੇ ਪ੍ਰਬੰਧ ਕਰਨੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਨੈੱਟ ਕੱਟ ਕੇ ਜਿਹੜਾ ਉੱਥੇ ਅਸਲ ਦ੍ਰਿਸ਼ ਹੈ ਉਹ ਲੋਕਾਂ ਦੀ ਅੱਖਾਂ ਤੋਂ ਪਰੇ ਕਰਨਾ ਚਾਹੁੰਦੇ ਹੈ ਪਰ ਉੱਥੇ ਆ ਦ੍ਰਿਸ਼ ਤਾਂ ਪਰੇ ਕਰ ਦੇਣਗੇ ਅਜੇ ਸਾਰੇ ਲੋਕ ਇਕੱਲੇ ਇਕੱਲੇ ਪਿੰਡ ਦੇ ਵਿੱਚ ਉੱਠ ਖੜ੍ਹੇ ਇਕੱਲੇ ਇਕੱਲੇ ਪਿੰਡ ਦੇ ਸਪੀਕਰਾਂ ਵਿੱਚ ਨਾਅਰੇ ਲੱਗਣ ਲੱਗ ਗਏ ਜਿਹੜੀ ਇਹ ਗੱਲ ਕਰਦੇ ਇਹਨਾਂ ਨੂੰ ਪੁੱਠੀ ਪੈਂਦੀ ਹੈ ਪੁੱਠੀ ਇਸ ਕਰਕੇ ਪੈਂਦੀ ਹੈ ਪਰਸੋਂ ਇਹਨਾਂ ਨੇ ਕਿੱਲ ਕੱਢਿਆ ਕੱਲ੍ਹ ਉਹ ਕਿੱਲ ਪੱਟ ਰਹੇ ਹੈ ਇੱਦੂ ਮਾੜੀ ਪਹਿਲਾਂ ਕਿਸੇ ਸਰਕਾਰ ਨਾਲ ਕੀ ਹੋਊਗੀ ਵੀ 24 ਘੰਟਿਆਂ 'ਚ ਲਏ ਫੈਸਲੇ ਵਾਪਸ ਕਰ ਕੀਤੇ ਜਾਣ ਇਸ ਕਰਕੇ ਜਿਹੜੇ ਸਰਕਾਰ ਦਾ ਚੱਲਦੀ ਹੈ ਇਹ ਦਾ ਅਸੀਂ ਐਂ ਸਮਝਦੇ ਹਾਂ ਜਿਵੇਂ ਕਸ਼ਮੀਰ ਦੇ ਵਿੱਚ ਉਹਨੂੰ ਇੱਕ ਬੰਦ ਜੇਲ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਹਰ ਕਿਸੇ ਨਹੀਂ ਹੋਊਗਾ ਇੱਥੇ ਕਦੇ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਪਰ ਅਮਨ ਲੜਦੇ ਹਾਂ ਇਹ ਸਾਡਾ ਹੱਕ ਹੈ ਅਸੀਂ ਆਪਣੇ ਜਮਹੂਰੀ ਹੱਕ ਦੀ ਰਾਖੀ ਕਰਦੇ ਹਾਂ ਤੋਮਰ ਕੱਲ੍ਹ ਰਾਜ ਸਭਾ ਦੇ ਵਿੱਚ ਬੋਲ ਰਹੇ ਸੀ ਕਹਿ ਰਹੇ ਸੀ ਵੀ ਮੈਂ 2 ਮਹੀਨੇ ਲਗਾਤਾਰ ਹੋ ਗਿਆ ਕਿਸਾਨਾਂ ਨਾਲ ਮੀਟਿੰਗ ਕਰ ਰਿਹਾ ਮੈਨੂੰ ਨਹੀਂ ਪਤਾ ਲੱਗਿਆ ਵੀ ਕਿਹੜੇ ਕਾਨੂੰਨਾਂ ਦੇ ਵਿੱਚ ਖਾਮੀਆਂ ਨੇ ਮੈਨੂੰ ਦੱਸ ਦੇਣਾ ਕਿਵੇਂ ਦੇਖਦੇ ਹੋ ਵੀ ਸਰਕਾਰ ਹਜੇ ਵੀ ਕਹਿ ਰਹੀ ਹੈ ਵੀ ਕੋਈ ਕਾਨੂੰਨ ਦੇ ਵਿੱਚ ਖਾਮੀਆਂ ਹੈ ਨਹੀਂ ਪਰ ਆਪਦੇ ਮੂੰਹੋਂ ਮੰਨੇ ਵੀ ਕਾਨੂੰਨ ਦੇ ਵਿੱਚ ਜੋ ਵੀ ਖਾਮੀਆਂ ਨੇ ਉਹ ਸਿੱਧੀਆਂ ਕੀਤੀਆਂ ਜਾਣ ਇਹ ਗੱਲ ਤਾਂ ਇਹ ਮੰਨਦੇ ਹੈ ਵੀ ਇਹ 'ਚ 12 ਖਾਮੀਆਂ ਨੇ ਜੇ ਪਹਿਲਾਂ ਆਪਾਂ ਕੋਈ ਪਸ਼ੂ ਲੈਣ ਵਗ ਜਾਈਏ ਆਪਾਂ ਨੂੰ ਲੱਗੇ ਵੀ ਥਣ 'ਚ ਇਕੱਲੀ ਕਮੀ ਹੈ ਆਪਾਂ ਛੱਡ ਕੇ ਆ ਜਾਂਦੇ ਹਾਂ ਇਹ ਕਾਲੇ ਇਹ ਗੱਲ ਕਿਉਂ ਨਹੀਂ ਮੰਨਦੇ ਵੀ ਕਾਲੇ ਇਹ ਅਸੀਂ ਕਾਲੇ ਇਸ ਕਰਕੇ ਕਹਿੰਦੇ ਹਾਂ ਇਹਨਾਂ ਨੂੰ ਕਿਉਂਕਿ ਇੱਥੋਂ ਦੀ ਖੇਤੀ ਜਿਹੜੀ ਲਗਾਤਾਰ ਚੱਲ ਰਹੀ ਹੈ ਇਹ ਸਾਰੇ ਸੰਸਾਰ 'ਚੋਂ ਵਧੀਆ ਸਿਸਟਮ ਸੀ ਇਸ ਸਿਸਟਮ ਨੂੰ ਤੋੜਦੇ ਕਿਉਂ ਹੈ ਕਿਉਂਕਿ ਅਸੀਂ ਇਹ ਗੱਲ ਪੱਕੀ ਤਰ੍ਹਾਂ ਜਾਣਦੇ ਹਾਂ ਕਿ ਯੂਪੀ ਦੇ ਵਿੱਚ 2006 ਦੇ ਵਿੱਚ ਇਹੀ ਮਾਡਲ ਲਾਗੂ ਕੀਤਾ ਇਸੇ ਮਾਡਲ ਨੇ ਉੱਥੇ 10-10 ਕਿੱਲਿਆਂ ਲਏ ਸਾਡੇ ਪੰਜਾਬ ਦੇ ਵਿੱਚ ਇਸ ਧਰਤੀ ਉੱਤੇ ਆ ਕੇ ਦਿਹਾੜੀਆਂ ਕਰਦੇ ਹੈ ਉਹ ਮਾਡਲ ਨੂੰ ਦੇਖਦੇ ਇਹ ਉਸ ਮਾਡਲ ਨੂੰ ਸਾਡੇ ਥੋਪਣਾ ਚਾਹੁੰਦੇ ਹੈ ਇਹ ਐਂ ਕਹਿੰਦੇ ਆ ਵੀ ਪੰਜਾਬ ਨੂੰ
यूपी नूं पंजाब वर्गा नहीं बनाउंदे पर पंजाब नूं यूपी वर्गे बना दांगे। इह गल सारे लोकां ने समझ ली, इन्हां दीआं चालां इन्हां दे सुधार इह कल्ला कल्ला लोक समझ गए, इस करके इह कोल जित के आवांगे ते इन्हां दी गल्लां नूं मार देवांगे। ਬਿਲਕੁਲ ਹੋਰ ਵੀ ਕਿਸਾਨ ਆਗੂ ਸਾਡੇ ਨਾਲ ਗੱਲਬਾਤ ਕਰ ਲੈਂਦੇ ਕੀ ਕਹਿੰਦੇ ਪ੍ਰਧਾਨ ਜੀ ਗੱਲ ਕਰੀ ਹੁੰਦੀ ਹੈ ਜੇ ਨੌਜਵਾਨਾਂ ਨੂੰ ਕਹਿ ਸਕਦੇ ਹਾਂ ਵੀ ਜਿਹੜਾ ਬਾਰਡਰ ਦੇ ਉੱਪਰ ਚੱਕਿਆ ਜਾ ਰਿਹਾ ਕਿਵੇਂ ਦੇਖਦੇ ਹੋ? ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹ ਸ਼ਾਂਤ ਤੋਂ ਹੀ ਪ੍ਰੋਟੈਸਟ ਕਰ ਰਹੇ ਨੇ, ਪਿੱਛੇ ਵੀ ਕਾਫੀ ਨੌਜਵਾਨ 107 ਦੇ ਕਰੀਬ ਜਿਹੜੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਅੰਦਰ ਡੱਕ ਦਿੱਤਾ, ਕੀ ਇਸ ਸੰਬੰਧੀ ਭਾਰਤ ਕਿਸਾਨ ਯੂਨੀਅਨ ਨੇ ਸਟੈਂਡ ਲੈ ਲਈ ਹੈ ਜੀ? ਦੇਖੋ ਜੀ, ਜਿਹੜੇ ਨੌਜਵਾਨ ਨੇ, ਨੌਜਵਾਨ ਆਪਦੇ ਜਜ਼ਬਾਤ ਤੋਂ ਜਾ ਰਹੇ ਨੇ, ਉਹਨਾਂ ਦੇ ਜਜ਼ਬਾਤ ਨੇ ਉਹ ਠੀਕ ਨੇ, ਉਹ ਆਪਦੇ ਆਪ ਥਾਂ 'ਤੇ ਠੀਕ ਨੇ, ਲੜ ਰਹੇ ਨੇ। ਪਰ ਜੋ ਜਥੇਬੰਦੀਆਂ ਦਾ ਫੈਸਲਾ ਹੈ, ਉਹ ਜੋ ਸੰਯੁਕਤ ਮੋਰਚੇ ਦਾ ਉਹਨਾਂ ਨੇ ਫੈਸਲਾ ਕਰਿਆ ਵੀ ਜੋ ਜੇਲ੍ਹਾਂ ਦੇ ਵਿੱਚ ਨੌਜਵਾਨ ਨੇ ਉਹਨਾਂ ਨੂੰ ਕੋਈ ਚਾਹੇ ਵਰਗਾ ਕੇ ਲੈ ਗਿਆ, ਚਾਹੇ ਉਹਨਾਂ ਨੂੰ ਕੋਈ ਮਾਂਗਰ ਲਾ ਕੇ ਲੈ ਗਿਆ, ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਨਾ ਪਤਾ ਹੋਵੇ ਵੀ ਜਿਹੜਾ ਇਹ ਆਪਾਂ ਨੇ ਲਾਲ ਕਿਲੇ ਦੇ ਅੰਦਰ ਜਾ ਕੇ ਜੋ ਵੀ ਕਰੇ, ਜੋ ਵੀ ਉਹ ਨੌਜਵਾਨ ਅੰਦਰ ਗਏ ਨੇ, ਕਿਸਾਨ ਜਥੇਬੰਦੀਆਂ ਦਾ ਇਹ ਹੈ ਜੋ ਨਿਰਦੋਸ਼ ਨੇ ਉਹ ਨੌਜਵਾਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ, ਅਤੇ ਜਥੇਬੰਦੀਆਂ ਉਸ ਨੌਜਵਾਨਾਂ ਦੀ ਮਦਦ ਵੀ ਕਰਨਗੀਆਂ ਅਤੇ ਕਰ ਵੀ ਰਹੀਆਂ ਨੇ। ਕਿਤੇ ਨਾ ਕਿਤੇ ਲਗਾਤਾਰ ਵਾਰ ਵਾਰ ਮੀਟਿੰਗਾਂ ਹੁੰਦੀਆਂ ਨੇ, ਸਾਰੀਆਂ ਮੀਟਿੰਗਾਂ ਬੇਸਿੱਟਾਂ ਰਹੀਆਂ ਨੇ, ਸਰਕਾਰ ਦਾ ਅੜਬਰ ਰਵੱਈਆ ਕਹਿ ਸਕਦੇ ਹਾਂ। ਕੱਲ੍ਹ ਵੀ ਤੋਮਰ ਜੀ ਬੋਲੇ ਨੇ, ਉਹਨਾਂ ਦਾ ਕਹਿਣਾ ਵੀ ਕਾਨੂੰਨ 'ਚ ਜੇ ਕੋਈ ਖਾਮੀ ਤਾਂ ਮੈਨੂੰ ਦੱਸ ਦਿਓ, ਪਰ ਕਿਸਾਨਾਂ ਨੇ ਖਾਮੀਆਂ ਗਿਣਾਤੀਆਂ, ਉਹ ਕਹਿ ਰਹੇ ਨੇ ਅਬੀਡੂਮੈਂਟ ਹੋਊਗੀ, ਕੋਈ ਰੱਦ ਨਹੀਂ ਹੋਣਗੇ ਕਾਨੂੰਨ। ਦੇਖੋ, ਜਿਹੜੀ ਸਰਕਾਰ ਕਹਿ ਰਹੀ ਹੈ ਉਹ ਆਪਦੀ ਗੱਲ 'ਤੇ ਜਿੱਦ ਕਰੀ ਹੋਈ ਹੈ, ਪਰ ਇੱਕ ਪਾਸੇ ਉਹ ਹਾਰੀ ਵੀ ਹੋਈ ਹੈ। ਹਾਰੀ ਹੋਈ ਇਸ ਕਰਕੇ ਹੈ ਵੀ ਜਿਹੜੇ ਕਾਲੇ ਕਾਨੂੰਨ ਉਹ ਕਹੀ ਜਾਂਦੇ ਨੇ ਵਾਰ ਵਾਰ ਠੀਕ ਨੇ, ਜੇ ਵਾਰ ਵਾਰ ਉਹ ਕਾਲੇ ਕਾਨੂੰਨ ਠੀਕ ਨੇ ਫਿਰ ਉਹ ਜਿਹੜੀਆਂ 11 ਇਹਨਾਂ ਨੇ ਮੀਟਿੰਗਾਂ ਸੱਦੀਆਂ ਨੇ ਕਿਸਾਨ ਮੋਰਚੇ ਦੀਆਂ, ਫਿਰ ਉਹ ਕਿਉਂ ਸੱਦੀਆਂ ਨੇ? ਜਿਹੜੀ ਉਹ ਕਹਿ ਰਹੇ ਨੇ ਉਹ 21 ਉਸ ਦੇ ਵਿੱਚ ਕਮੀਆਂ ਕੱਢੀਆਂ ਗਈਆਂ ਚੌਥੀ ਮੀਟਿੰਗ 'ਚ, ਫਿਰ ਉਹ ਜਿਹੜੀਆਂ ਕਮੀਆਂ ਨੇ ਉਹ ਕਿਉਂ ਮੰਨੇ ਨੇ? ਜੇ ਇਹ ਕਿਸਾਨ ਗਲਤ ਨੇ, ਇਹ ਕਿਸਾਨਾਂ ਨੂੰ ਕਹਿ ਰਹੇ ਨੇ ਕਾਂਗਰਸ ਦੇ ਸਿਖਾਏ ਹੋਏ ਨੇ, ਇਹ ਕਿਸੇ ਦੇ ਭੜਕਾਏ ਹੋਏ ਨੇ, ਜੇ ਕਿਸਾਨ ਹੀ ਨਹੀਂ ਹੈਗੇ ਫਿਰ ਇਹਨਾਂ ਨੂੰ ਇਹ ਡਰ ਕਿਉਂ ਲੱਗ ਰਿਹਾ? ਇਹ ਕਿਸਾਨਾਂ 'ਤੇ ਸਖਤਾਈ ਕਿਉਂ ਨਹੀਂ ਕਰਦੇ? ਉੱਥੋਂ ਠਾਲ ਕਿਉਂ ਨਹੀਂ ਰਹੇ ਹੈਗੇ? ਇਸ ਕਰਕੇ ਜਿਹੜੀ ਸਰਕਾਰ ਹੈ ਇਹ ਇਸ ਗੱਲ ਤੋਂ ਡਰੀ ਹੋਈ ਹੈ, ਲੋਕ ਚੇਤਨ ਹੋ ਗਏ। ਜਦੋਂ ਪਹਿਲਾਂ ਵੀ ਕੀ ਹੁੰਦਾ, ਜਦੋਂ ਰਾਜਾ ਕੋਈ ਡਰ ਜਾਂਦਾ ਹੁੰਦਾ, ਉਦੋਂ ਜਦੋਂ ਰਾਜੇ ਦਾ ਰਾਜ ਚੱਲਦਾ ਹੁੰਦਾ, ਉਦੋਂ ਜਿੱਥੇ ਤੱਕ ਉਹਦਾ ਰਾਜ ਚੱਲਦਾ ਸੀ ਉੱਥੇ ਤੱਕ ਉਹਦੀਆਂ ਫੌਜਾਂ ਫਿਰਦੀਆਂ ਰਹਿੰਦੀਆਂ, ਉਹਦੀ ਜਨਤਾ ਫਿਰਦੀ ਰਹਿੰਦੀ, ਉਹਨੂੰ ਕੋਈ ਡਰ ਨਹੀਂ ਹੁੰਦਾ ਸੀ। ਪਰ ਹੁਣ ਜਿਹੜੀ ਸਰਕਾਰ ਹੈ, ਮੋਦੀ ਸਰਕਾਰ ਹੈ, ਇਹ ਡਰੀ ਹੋਈ ਹੈ। ਇਹਨਾਂ ਨੇ ਆਪਦਿਆਂ ਤੀਓਂ ਕਿੱਲ ਲਾ ਤੇ, ਆਪਦਿਆਂ ਤੀਓਂ ਕੰਧਾਂ ਲਾਤੀਆਂ, ਇਹਦਾ ਮਤਲਬ ਇਹ ਹੈ ਉਹ ਡਰੀ ਹੋਈ ਹੈ। ਜਿਹੜੇ ਕਾਨੂੰਨ ਨੇ ਉਹ ਕਾਲੇ ਨੇ, ਉਹ ਗਲਤ ਨੇ, ਲੋਕ ਉਸ ਨੂੰ ਸਮਝ ਚੁੱਕੇ ਨੇ, ਪਰ ਜਿਹੜੀ ਉਹ ਮੰਨ ਨਹੀਂ ਰਹੀ, ਉਹਨਾਂ ਦਾ ਆਪਦਾ ਜਿਹੜਾ ਜਿੱਦੀ ਕਹਿ ਲਓ, ਹੈਂਕੜ ਰਵੱਈਆ ਕਹਿ ਲਓ, ਉਹ ਹੈ। ਪਰ ਕਿਸਾਨਾਂ ਦੇ ਮੂਹਰੇ ਕਦੇ ਵੀ ਇਹ ਹੈਂਕੜਬਾਜ਼ ਜਿਹੜਾ ਰਾਜ ਹੈ ਉਹ ਕਦੇ ਨਹੀਂ ਚੱਲਿਆ। ਇੱਥੇ ਉਹ ਨਹੀਂ ਰਹੇ ਜਿਹੜੇ ਅੰਗਰੇਜ਼ ਕਹਿੰਦੇ ਤੇ ਵੀ ਸਾਡੇ ਰਾਜ 'ਚ ਸੂਰਜ ਨਹੀਂ ਛਿਪਦਾ। ਮੋਦੀ ਤਾਂ ਆਪਦੇ ਆਪ 'ਚ ਚੀਜ਼ੇ ਕੀ ਹੈ, ਲੋਕਾਂ ਨੇ ਵੋਟਾਂ ਪਾਈਆਂ ਨੇ, ਲੋਕਾਂ ਦਾ ਬਣਾਇਆ ਹੋਇਆ, ਲੋਕ ਵਿਰੋਧ ਕਰ ਰਹੇ ਨੇ, ਅਤੇ ਇਸ ਵਿਰੋਧ ਬਹੁਤਾ ਚਿਰ ਇਸ ਸਰਕਾਰ ਨੇ ਝੱਲ ਨਹੀਂ ਸਕਣਾ। ਛੇਤੀ ਇਹ ਜਿਹੜੇ ਕਾਲੇ ਕਾਨੂੰਨ ਨੇ, ਜਿਹੜੇ ਕਾਲੇ ਕਾਨੂੰਨ ਕਿਸਾਨ ਕਹਿੰਦੇ ਨੇ, ਉਹ ਕਾਲੇ ਕਾਨੂੰਨ ਇਹਨਾਂ ਨੂੰ ਮੰਨਣੇ ਵੀ ਪੈਣਗੇ ਅਤੇ ਕਾਲੇ ਕਾਨੂੰਨ ਰੱਦ ਵੀ ਕਰਨੇ ਪੈਣਗੇ, ਜਿੰਨਾ ਕਿਸਾਨਾਂ ਦਾ, ਸਾਰੇ ਭਾਰਤ ਦੇ ਕਿਸਾਨਾਂ ਦਾ ਜਿਹੜਾ ਉਹ ਰੌਅ ਹੈ, ਜਿਹੜਾ ਰੁੱਖ ਹੈ, ਇਸ ਪਾਸੇ ਨੂੰ ਬਣ ਗਿਆ। ਬਿਲਕੁਲ, ਲਗਾਤਾਰ ਕਿਸਾਨਾਂ ਦਾ ਕਹਿਣਾ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਕਰਾ ਕੇ ਜਿਹੜੇ ਬਾਰਡਰਾਂ ਤੋਂ ਜਿਹੜੇ ਕਿਸਾਨ ਨੇ ਉਹ ਵਾਪਸ ਆਉਣਗੇ, ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਵੀ ਸੰਘਰਸ਼ ਚੱਲ ਰਹੇ ਨੇ, ਲਗਾਤਾਰ ਜਿਹੜੇ ਦਿੱਲੀ ਦੀ ਬਰੂਹਾਂ ਦੇ ਵੀ ਸੰਘਰਸ਼ ਨੇ। DNA ਨਿਊਜ਼ ਲਈ ਮੂਣਕ ਤੋਂ ਗਗਨ ਦੀ।